ਹਾਂਜੀ ਸਤਿ ਸ਼੍ਰੀ ਅਕਾਲ ਵੀਰੋ, ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੱਟਾਂ ਨਜਾਇਜ਼ ਦੇ ਵਿੱਚ। ਸੋ ਸਭ ਤੋਂ ਪਹਿਲਾਂ ਤਾਂ ਲਾਲ ਬਟਨ ਦੇ ਕਰਕੇ ਕਲਿੱਕ, ਆਪਣਾ ਚੈਨਲ ਕਰ ਲਓ ਸਬਸਕ੍ਰਾਈਬ, ਨਾਲ ਹੀ ਘੰਟੀ ਦੇ ਬਟਨ ਦੇ ਕਲਿੱਕ ਜ਼ਰੂਰ ਕਰਨਾ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੇ ਅਤੇ ਜੁੜੇ ਰਹੋ ਇਸੇ ਤਰ੍ਹਾਂ ਆਪਣੇ ਚੈਨਲ ਦੇ ਨਾਲ। ਥੈਂਕ ਯੂ ਵੈਰੀ ਮੱਚ। ਹਾਂਜੀ ਸਤਿ ਸ਼੍ਰੀ ਅਕਾਲ ਵੀਰੋ, ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੱਟਾਂ ਨਜਾਇਜ਼ ਦੇ ਵਿੱਚ। ਸੋ ਸਭ ਤੋਂ ਪਹਿਲਾਂ ਵੀਰੇ ਆਪਣਾ ਹੈਲਪਲਾਈਨ ਨੰਬਰ ਕਰ ਲਓ ਨੋਟ, ਨੀਚੇ ਸਕਰੀਨ ਤੇ ਸ਼ੋ ਹੋ ਰਿਹਾ। ਜੇ ਕਿਸੇ ਮੇਰੇ ਵੀਰ ਨੇ ਕੋਈ ਖੇਤੀ ਵਾਲਾ ਸੰਦ, ਹਲ ਤਵੀਆਂ, ਟਰੈਕਟਰ ਟਰਾਲੀ ਜਾਂ ਕੋਈ ਵੀ ਮਸ਼ੀਨਰੀ ਵੀਰੇ, ਕਾਰ ਜੀਪ ਗੱਡੀ ਸੇਲ ਕਰਨੀ ਹੈ ਤਾਂ ਉਸ ਦੀਆਂ 5-7 ਫੋਟੋਆਂ ਨਾਲ ਹੀ ਉਹਦੀ ਲੋੜੀਂਦੀ ਜਾਣਕਾਰੀ ਆਪਣੇ ਇਸ ਨੰਬਰ ਤੇ ਵਟਸਐਪ ਕਰ ਦਿਓ, ਆਪਾਂ ਤੁਹਾਡੀ ਐਡ ਆਪਣੇ ਚੈਨਲ ਜੱਟਾਂ ਦੇ ਜਹਾਜ਼ ਤੇ ਕਰ ਦੇਵਾਂਗੇ। ਬਿਲਕੁਲ ਫ੍ਰੀ ਐਡ ਹੈ ਵੀਰੇ, ਕੋਈ ਕਮਿਸ਼ਨ ਨਹੀਂ ਆਪਣਾ। ਸੋ ਇੱਕ ਰਿਕੁਐਸਟ ਹੈ ਵੀਰੇ, ਜੋ ਕਿ ਮੇਰਾ ਵੀਰ ਐਡ ਕਰਨ ਵਾਲੀ ਮਸ਼ੀਨਰੀ ਸੈਂਡ ਕਰੂਗਾ ਤਾਂ ਆਪਣੀ ਚੀਜ਼ ਦਾ ਜਿਹੜਾ ਰੇਟ ਹੈ, ਪ੍ਰਾਈਜ਼ ਹੈ, ਉਹ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਰੱਖੋ। ਮਾਰਕੀਟ ਰੇਟ ਨਾਲੋਂ ਜ਼ਿਆਦਾ ਰੇਟ ਰੱਖਣ ਵਾਲੇ ਦੀ ਅਤੇ ਗਲਤ ਜਾਣਕਾਰੀ ਦੇਣ ਵਾਲੇ ਵੀਰ ਦੀ ਐਡ ਆਪਾਂ ਆਪਣੇ ਚੈਨਲ ਤੇ ਨਹੀਂ ਕਰਾਂਗੇ ਵੀਰੇ। ਥੈਂਕ ਯੂ। ਸੋ ਵੀਰੇ, ਅੱਜ ਆਪਾਂ ਤੁਹਾਡੇ ਲੈ ਕੇ ਆਏ ਹਾਂ 6 ਚੀਜ਼ਾਂ ਨੇ ਸੇਲ ਲਈ ਆਪਣੇ ਕੋਲ। 5 ਗੱਡੀਆਂ ਨੇ ਵੀਰੇ, 1 ਮੋਟਰਸਾਈਕਲ ਹੈ। ਗੱਡੀਆਂ ਦੇ ਵਿੱਚ ਆਪਣੇ ਕੋਲ ਮਰੂਤੀ ਅਲਟੋ ਗੱਡੀ ਹੈ, LXI ਸਵਿਫਟ BDI ਗੱਡੀ ਹੈ, ਹੁੰਡਾਏ ਸੈਂਟਰੋ ਗੱਡੀ ਹੈ, ਟੋਇਟਾ ਨੋਵਾ ਗੱਡੀ ਹੈ, ਇੱਕ ਆਰਮੀ ਬਿੱਲੀ ਜੀਪ ਹੈ ਵੀਰੇ। ਇਹ 5 ਗੱਡੀਆਂ ਨੇ। 1 ਸਟੈਂਡਰਡ ਬੋਲਟ ਮੋਟਰਸਾਈਕਲ ਹੈ ਪੁੱਠੇ ਗੇਰਾਂ ਵਾਲਾ। ਸੋ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਨ ਲੱਗੇ ਹਾਂ ਅਲਟੋ ਬਾਰੇ। ਮਰੂਤੀ ਅਲਟੋ LX ਗੱਡੀ ਹੈ ਵੀਰੇ, 2010 ਮਾਡਲ, LXI ਵਰਜਨ ਦੇ ਵਿੱਚ ਹੈ ਵੀਰੇ ਗੱਡੀ। ਬਿਲਕੁਲ ਓਕੇ ਕੰਡੀਸ਼ਨ ਹੈ, ਬੰਪਰ ਟੂ ਬੰਪਰ ਸਾਰਾ ਓਰਿਜਨਲ ਪੇਂਟ ਹੈ, ਵਧੀਆ ਸਾਫ਼ ਸੁਥਰਾ ਰੰਗ ਪੇਂਟ ਪਿਆ, ਕੋਈ ਡੈਮੇਜ ਨਹੀਂ, ਕੋਈ ਡੈਂਟ ਨਹੀਂ, ਕੋਈ ਐਕਸੀਡੈਂਟ ਨਹੀਂ, ਵਧੀਆ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਹੈ। ਹਲਕੇ ਫੁਲਕੇ ਮਾਈਨਰ ਸਕ੍ਰੈਚਸ ਨੇ ਵੀਰੇ, ਬਾਕੀ ਮੇਜਰ ਐਕਸੀਡੈਂਟ ਵਗੈਰਾ ਕੁਝ ਨਹੀਂ ਗੱਡੀ ਦਾ। ਇੰਟੀਰੀਅਰ ਬਾਰੇ ਗੱਲ ਕਰੀਏ, ਟੋਪ ਕਲਾਸ ਦਾ ਇੰਟੀਰੀਅਰ ਹੈ ਵੀਰੇ, ਵਧੀਆ ਸ਼ੀਟ ਕਵਰ ਵਗੈਰਾ ਲੱਗੇ ਨੇ, ਮੈਟਿੰਗ ਵਗੈਰਾ ਹੋਈ ਵੀ ਹੈ, ਮਿਊਜ਼ਿਕ ਸਿਸਟਮ, ਏਸੀ ਹੀਟਰ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਚੱਲਦਾ ਹੈ। ਸਰਵਿਸ ਵਗੈਰਾ ਗੱਡੀ ਦੀ ਡਨ ਹੈ ਸਭ, ਸੀਲਡ ਇੰਜਨ ਗੇਅਰ ਹੈ, ਮਾਲਕ ਵੀਰਾਂ ਵੱਲੋਂ ਫੁੱਲ ਗਰੰਟੀ ਹੈ, ਚਲਾ ਕੇ ਟੈਸਟ ਡਰਾਈਵ ਕਰਕੇ ਚੈੱਕ ਕਰਕੇ ਗੱਡੀ ਤੁਸੀਂ ਖਰੀਦ ਸਕਦੇ ਹੋ। ਪਾਵਰ ਸਟੇਅਰਿੰਗ ਗੱਡੀ ਹੈ, ਗੱਡੀ ਦੇ ਜਿਹੜੇ ਟਾਇਰ ਨੇ 65-70 ਪੈਸੇ ਟਾਇਰ ਨੇ, ਬੇਦਾਗ ਸਾਫ਼ ਸੁਥਰੇ ਵਧੀਆ ਓਰਿਜਨਲ ਟਾਇਰ ਨੇ, ਪੂਰੀ ਓਕੇ ਕੰਡੀਸ਼ਨ ਦੇ ਵਿੱਚ ਗੱਡੀ ਚੱਲਦੀ ਹੈ ਵੀਰੇ। ਪੰਜਾਬ ਨੰਬਰ ਗੱਡੀ ਹੈ, ਪੇਪਰ ਵਗੈਰਾ ਸਾਰੇ ਕੰਪਲੀਟ ਨੇ। ਏਰੀਆ ਵੀਰੇ ਜਲੰਧਰ ਏਰੀਆ ਵੀਰਾਂ ਦਾ, ਜਲੰਧਰ ਲੋਕਲ ਇਹ ਗੱਡੀ ਖੜੀ ਹੈ। ਗੱਡੀ ਦੀ ਕੀਮਤ ਰੱਖੀ ਗਈ ਹੈ 1,50,000 ਰੁਪਇਆ, ਬਾਕੀ ਮੌਕੇ ਤੇ ਲੈਸ ਹੋ ਜੂਗਾ। ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ, ਇਸ ਨੰਬਰ ਤੇ ਕਾਲ ਕਰਕੇ ਗੱਡੀ ਨਹੀਂ ਖਰੀਦ ਸਕਦੇ। ਸੋ ਨਾਲ ਹੀ ਵੀਰੇ ਗੱਡੀ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰ ਲਓ ਤਾਂ ਜੋ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ। ਥੈਂਕ ਯੂ ਵੀਰੇ। ਹਾਂਜੀ ਵੀਰੇ, ਆਪਾਂ ਤੈਨੂੰ ਮਰੂਤੀ ਸਵਿਫਟ ਗੱਡੀ ਦਿਖਾ ਰਹੇ ਹਾਂ। ਮਰੂਤੀ ਸਵਿਫਟ ਗੱਡੀ ਹੈ ਵੀਰੇ, BDI ਮਾਡਲ, 2018 ਮਾਡਲ ਗੱਡੀ ਹੈ ਵੀਰੇ, ਦਸੰਬਰ 'ਚ ਆਈ ਹੋਈ ਹੈ 2018 ਦੇ, ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਹੈ। ਗੱਡੀ ਦੇ ਜਿਹੜੇ ਟਾਇਰ ਨੇ 95-98 ਪੈਸੇ ਟਾਇਰ ਨੇ ਵੀਰੇ, ਬੇਦਾਗ ਸਾਫ਼ ਸੁਥਰੇ ਵਧੀਆ ਓਰਿਜਨਲ ਟਾਇਰ ਨੇ, ਪੂਰੀ ਏ ਕਲਾਸ ਕੰਡੀਸ਼ਨ ਹੈ। ਬੰਪਰ ਟੂ ਬੰਪਰ ਸਾਰੇ ਓਰਿਜਨਲ ਹੈ ਵੀਰੇ, ਕਿਤੇ ਸਕਰੈਚ ਤੱਕ ਨਹੀਂ ਲੱਗਿਆ ਹੋਇਆ ਗੱਡੀ 'ਤੇ, ਇੱਕਦਮ ਸ਼ੋਅਰੂਮ ਕੰਡੀਸ਼ਨ ਦੇ ਵਿੱਚ ਹੈ, ਕੋਈ ਡੈਮੇਜ ਵਗੈਰਾ ਨਹੀਂ, ਕੋਈ ਡੈਂਟ ਨਹੀਂ, ਵਧੀਆ ਏ ਕਲਾਸ ਕੰਡੀਸ਼ਨ ਦੇ ਵਿੱਚ ਗੱਡੀ ਹੈ। 9,000 ਕਿਲੋਮੀਟਰ ਚੱਲੀ ਹੋਈ ਹੈ ਵੀਰੇ, ਇੰਜਨ ਗੇਅਰ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ, ਕੋਈ ਫਾਲਟ ਨਹੀਂ ਗੱਡੀ ਦੇ ਵਿੱਚ, ਸਿਰਫ ਕੁਝ ਪਰਸਨਲ ਇਸ਼ੂ ਕਰਕੇ ਵੀਰ ਸੇਲ ਕਰ ਰਹੇ ਨੇ, ਬਾਕੀ ਗੱਡੀ ਵੀਰੇ ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਹੈ। ਇੰਟੀਰੀਅਰ ਸਾਰਾ ਓਰਿਜਨਲ ਇੰਟੀਰੀਅਰ ਹੈ ਵੀਰੇ, ਕੋਈ ਚੇਂਜਸ ਨਹੀਂ ਹੋਏ, ਸਾਰੇ ਓਰਿਜਨਲ ਪਾਰਟਸ ਨੇ, ਏਸੀ ਹੀਟਰ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ, ਓਰਿਜਨਲ ਸੀਟ ਕਵਰ ਵਗੈਰਾ ਨੇ, ਮੈਟਿੰਗ ਵਗੈਰਾ ਕੋਈ ਕਮੀ ਪੇਸ਼ੀ ਨਹੀਂ, ਇੱਕਦਮ ਸ਼ੋਅਰੂਮ ਕੰਡੀਸ਼ਨ ਦੇ ਵਿੱਚ ਗੱਡੀ ਹੈ, ਕੋਈ ਪ੍ਰੋਬਲਮ ਨਹੀਂ ਗੱਡੀ ਦੇ ਵਿੱਚ। ਇੰਸ਼ੋਰੈਂਸ ਵਗੈਰਾ ਹੋਇਆ ਪਿਆ ਵੀਰੇ, ਏਜੰਸੀ ਰਿਕਾਰਡ ਹੈ ਸਾਰਾ ਕੁਝ, ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਹੈ। ਏਰੀਆ ਵੀਰੇ ਭੋਗਪੁਰ ਏਰੀਆ ਵੀਰਾਂ ਦਾ, ਜ਼ਿਲ੍ਹਾ ਜਲੰਧਰ, ਉੱਥੇ ਗੱਡੀ ਹੈ ਵੀਰਾਂ ਕੋਲ। ਗੱਡੀ ਦੀ ਕੀਮਤ ਰੱਖੀ ਗਈ 6,80,000 ਰੁਪਇਆ, ਬਾਕੀ ਨੰਬਰ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ, ਇਸ ਨੰਬਰ ਤੇ ਕਾਲ ਕਰਕੇ ਗੱਡੀ ਤੁਸੀਂ ਖਰੀਦ ਸਕਦੇ ਹੋ। ਸੋ ਨਾਲ ਹੀ ਵੀਰੇ ਗੱਡੀ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰ ਲਓ ਤਾਂ ਜੋ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ। ਥੈਂਕ ਯੂ ਵੀਰੇ। ਹਾਂਜੀ ਵੀਰੇ, ਆਪਾਂ ਤੁਹਾਨੂੰ US Army ਜੀਪ ਦਿਖਾ ਰਹੇ ਹਾਂ। US Army ਬਿੱਲੀ ਜੀਪ ਹੈ ਵੀਰੇ, 1999 ਮਾਡਲ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਜੀਪ ਹੈ। ਜੀਪ ਦੇ ਜਿਹੜੇ ਟਾਇਰ ਨੇ 75-80 ਪੈਸੇ ਟਾਇਰ ਨੇ, ਬੇਦਾਗ ਸਾਫ਼ ਸੁਥਰੇ ਵਧੀਆ ਓਰਿਜਨਲ ਟਾਇਰ ਨੇ, ਪੂਰੀ ਓਕੇ ਕੰਡੀਸ਼ਨ ਹੈ। ਬਾਕੀ ਬਾਡੀ ਚਾਸੀ ਦੀ ਕੰਡੀਸ਼ਨ ਬਿਲਕੁਲ ਓਕੇ ਹੈ, ਸਾਫ਼ ਸੁਥਰਾ ਓਰਿਜਨਲ ਪੇਂਟ ਹੈ ਵੀਰੇ, ਵਧੀਆ ਸਾਫ਼ ਸੁਥਰੇ ਕਲਰ ਦੇ ਵਿੱਚ, US Army ਕਲਰ ਹੈ, ਕੋਈ ਡੈਮੇਜ ਨਹੀਂ, ਕੋਈ ਐਕਸੀਡੈਂਟ ਨਹੀਂ, ਕੋਈ ਡੈਂਟ ਨਹੀਂ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਜੀਪ ਹੈ। ਬਾਕੀ ਬਾਡੀ ਚਾਸੀ ਦੀ ਕੰਡੀਸ਼ਨ ਬਿਲਕੁਲ ਓਕੇ ਹੈ, ਕੋਈ ਕਿਤੋਂ ਗਲੀ ਸੜੀ ਨਹੀਂ, ਕੋਈ ਡੈਮੇਜ ਨਹੀਂ ਗੱਡੀ ਦੇ ਵਿੱਚ, ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਹੈ ਵੀਰੇ। ਮਹਿੰਦਰਾ ਦਾ ਓਰਿਜਨਲ ਇੰਜਨ ਹੈ, ਬਾਕੀ ਰਿਪੇਅਰ ਵਗੈਰਾ ਟੋਟਲ ਹੋਈ ਵੀ ਹੈ, ਚਲਾ ਕੇ ਟੈਸਟ ਡਰਾਈਵ ਕਰਕੇ ਚੈੱਕ ਕਰਕੇ ਜੀਪ ਤੁਸੀਂ ਖਰੀਦ ਸਕਦੇ ਹੋ, ਕੋਈ ਕਮੀ ਪੇਸ਼ੀ ਨਹੀਂ। ਇੰਟੀਰੀਅਰ ਬਾਰੇ ਗੱਲ ਕਰੀਏ, ਵਧੀਆ ਸ਼ੀਟਸ ਨੇ ਵੀਰੇ, ਵਧੀਆ ਕਵਰ ਵਗੈਰਾ ਲੱਗੇ ਹੋਏ ਨੇ,
ਮੈਟਿੰਗ ਵਗੈਰਾ ਹੋਈ ਵੀ ਹੈ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ। ਪੰਜਾਬ ਦਾ ਨੰਬਰ ਲੱਗਾ ਹੋਇਆ ਵੀਰੇ, VIP ਨੰਬਰ ਲੱਗਾ ਪੰਜਾਬ ਦਾ ਜੀਪ ਨੂੰ, ਬਾਕੀ ਪੇਪਰ ਵਗੈਰਾ ਸਾਰੇ ਕੰਪਲੀਟ ਨੇ, ਕੋਈ ਕਮੀ ਪੇਸ਼ੀ ਨਹੀਂ। ਏਰੀਆ ਵੀਰੇ ਕੋਟਕਪੂਰਾ ਏਰੀਆ ਵੀਰਾਂ ਦਾ, ਜ਼ਿਲ੍ਹਾ ਫਰੀਦਕੋਟ, ਉੱਥੇ ਵੀਰਾਂ ਕੋਲ ਜੀਪ ਹੈ। ਜੀਪ ਦੀ ਕੀਮਤ ਰੱਖੀ ਗਈ 1,30,000 ਰੁਪਇਆ। ਬਾਕੀ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ, ਇਸ ਨੰਬਰ ਤੇ ਕਾਲ ਕਰਕੇ ਜੀਪ ਤੁਸੀਂ ਖਰੀਦ ਸਕਦੇ ਹੋ। ਸੋ ਨਾਲ ਹੀ ਵੀਰੇ ਜੀਪ ਖਰੀਦਣ ਵੇਲੇ ਡਾਕੂਮੈਂਟਸ ਹਾਂਜੀ ਵੀਰੇ, ਆਪਾਂ ਇਹਨਾਂ ਨੂੰ ਟੋਇਟਾ ਨੋਵਾ ਗੱਡੀ ਦਿਖਾ ਰਹੇ ਹਾਂ। ਟੋਇਟਾ ਨੋਵਾ ਵੀਰੇ G4 ਮਾਡਲ ਹੈ, 2009 ਮਾਡਲ, ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਗੱਡੀ ਹੈ। ਗੱਡੀ ਦੇ ਜਿਹੜੇ ਟਾਇਰ ਨੇ, ਚਾਰੋ ਟਾਇਰ ਬਿਲਕੁਲ ਨਵੇਂ ਨੇ ਵੀਰੇ, ਬੇਦਾਗ ਸਾਫ਼ ਸੁਥਰੇ ਵਧੀਆ ਓਰਿਜਿਨਲ ਨਵੇਂ ਟਾਇਰ ਨੇ, ਪੂਰੀ ਏ ਕਲਾਸ ਕੰਡੀਸ਼ਨ ਹੈ। ਬੰਪਰ ਟੂ ਬੰਪਰ ਸਾਰਾ ਓਰਿਜਿਨਲ ਪੇਂਟ ਹੈ, ਕੋਈ ਡੈਮੇਜ ਨਹੀਂ, ਕੋਈ ਡੈਂਟ ਨਹੀਂ, ਕੋਈ ਐਕਸੀਡੈਂਟ ਨਹੀਂ, ਵਧੀਆ ਸਾਫ਼ ਸੁਥਰਾ ਰੰਗ ਪੇਂਟ ਹੈ ਗੱਡੀ ਦਾ, ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਚੱਲਦੀ ਹੈ। ਸਾਫ਼ ਸੁਥਰੀ ਗੱਡੀ ਹੈ ਵੀਰੇ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਚੱਲਦੀ ਹੈ। ਸੀਲਡ ਇੰਜਨ ਗੇਅਰ ਹੈ, ਮਾਲਕ ਵੀਰਾਂ ਵੱਲੋਂ ਫੁੱਲ ਗਰੰਟੀ ਹੈ। ਚਲਾ ਕੇ ਟੈਸਟ ਡਰਾਈਵ ਕਰਕੇ ਚੈੱਕ ਕਰਕੇ ਗੱਡੀ ਤੁਸੀਂ ਖਰੀਦ ਸਕਦੇ ਹੋ, ਕੋਈ ਕਮੀ ਪੇਸ਼ੀ ਨਹੀਂ। ਵਧੀਆ ਟੌਪ ਕਲਾਸ ਦੇ ਸ਼ੀਟ ਕਵਰ ਵਗੈਰਾ ਲੱਗੇ ਨੇ, ਮੈਟਿੰਗ ਵਗੈਰਾ ਸਾਰੀ ਦੀ ਹੋਈ ਵੀ ਹੈ, ਮਿਊਜ਼ਿਕ ਸਿਸਟਮ, ਏਸੀ ਹੀਟਰ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ, ਕੋਈ ਕਮੀ ਪੇਸ਼ੀ ਨਹੀਂ ਗੱਡੀ ਦੇ ਵਿੱਚ। ਹਰਿਆਣਾ ਨੰਬਰ ਹੈ ਵੀਰੇ, ਹਰਿਆਣਾ ਦਾ VIP ਨੰਬਰ ਲੱਗਾ ਹੋਇਆ, ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਹੈ ਗੱਡੀ, ਬਾਕੀ ਪੇਪਰ ਵਗੈਰਾ ਸਾਰੇ ਕੰਪਲੀਟ ਨੇ, ਕੋਈ ਕਮੀ ਪੇਸ਼ੀ ਨਹੀਂ। ਏਰੀਆ ਵੀਰੇ ਜਲਾਲਾਬਾਦ ਵੈਸਟ ਏਰੀਆ ਵੀਰਾਂ ਦਾ, ਉੱਥੇ ਵੀਰਾਂ ਕੋਲ ਗੱਡੀ ਖੜੀ ਹੈ, ਗੱਡੀ ਦੀ ਕੀਮਤ ਰੱਖੀ ਹੈ 4,80,000 ਰੁਪਇਆ। ਬਾਕੀ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ, ਇਸ ਨੰਬਰ ਤੇ ਕਾਲ ਕਰਕੇ ਗੱਡੀ ਤੁਸੀਂ ਖਰੀਦ ਸਕਦੇ ਹੋ। ਸੋ ਨਾਲ ਹੀ ਵੀਰੇ ਗੱਡੀ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰ ਲਓ, ਤਾਂ ਜੋ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ। ਥੈਂਕ ਯੂ। ਹਾਂਜੀ ਵੀਰੇ, ਆਪਾਂ ਇਹਦੇ ਨੂੰ ਹੁੰਡਾਏ ਸੈਂਟਰੋ ਗੱਡੀ ਦਿਖਾ ਰਹੇ ਹਾਂ। ਹੁੰਡਾਏ ਸੈਂਟਰੋ ਜ਼ਿੰਗ ਗੱਡੀ ਹੈ ਵੀਰੇ, 2004 ਮਾਡਲ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਗੱਡੀ ਹੈ, ਸਾਰੀ ਓਰਿਜਿਨਲ ਗੱਡੀ ਹੈ ਵੀਰੇ, ਬੰਪਰ ਟੂ ਬੰਪਰ ਸਾਰਾ ਓਰਿਜਿਨਲ ਪੇਂਟ ਹੈ, ਕੋਈ ਡੈਮੇਜ ਨਹੀਂ, ਕੋਈ ਡੈਂਟ ਨਹੀਂ, ਕੋਈ ਐਕਸੀਡੈਂਟ ਨਹੀਂ, ਵਧੀਆ ਸਾਫ਼ ਸੁਥਰਾ ਰੰਗ ਪੇਂਟ ਹੈ ਗੱਡੀ ਦਾ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਚੱਲਦੀ ਹੈ। 54,000 ਕਿਲੋਮੀਟਰ ਚੱਲੀ ਹੋਈ ਹੈ ਵੀਰੇ, ਸਾਰੀ ਓਰਿਜਿਨਲ ਚੱਲੀ ਗੱਡੀ ਹੈ, ਬਹੁਤ ਘੱਟ ਯੂਜ਼ ਹੋਈ ਹੈ, ਪੂਰੀ ਵਧੀਆ ਕੰਡੀਸ਼ਨ ਦੇ ਵਿੱਚ ਹੈ, ਪੂਰੀ ਟੌਪ ਕਲਾਸ ਦਾ ਇੰਜਨ ਗੇਅਰ ਹੈ ਵੀਰੇ। ਚਲਾ ਕੇ ਟੈਸਟ ਡਰਾਈਵ ਕਰਕੇ ਚੈੱਕ ਕਰਕੇ ਗੱਡੀ ਤੁਸੀਂ ਖਰੀਦ ਸਕਦੇ ਹੋ, ਕੋਈ ਕਮੀ ਪੇਸ਼ੀ ਨਹੀਂ, ਵਧੀਆ ਸਮੂਥ ਗੱਡੀ ਚੱਲਦੀ ਹੈ। ਇੰਟੀਰੀਅਰ ਬਾਰੇ ਗੱਲ ਕਰੀਏ, ਵਧੀਆ ਟੌਪ ਕਲਾਸ ਦੇ ਸ਼ੀਟ ਕਵਰ ਵਗੈਰਾ ਲੱਗੇ ਨੇ, ਮੈਟਿੰਗ ਵਗੈਰਾ ਸਾਰੀ ਦੀ ਹੋਈ ਹੋਈ ਹੈ, ਮਿਊਜ਼ਿਕ ਸਿਸਟਮ, ਏਸੀ ਹੀਟਰ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਚੱਲਦਾ ਹੈ। ਪੰਜਾਬ ਨੰਬਰ ਗੱਡੀ ਹੈ ਵੀਰੇ, ਪੇਪਰ ਵਗੈਰਾ ਸਾਰੇ ਕੰਪਲੀਟ ਨੇ, ਗੱਡੀ ਦੇ ਜਿਹੜੇ ਟਾਇਰ ਨੇ ਬੇਦਾਗ ਸਾਫ਼ ਸੁਥਰੇ ਵਧੀਆ 70-80 ਪੈਸੇ ਟਾਇਰ ਨੇ, ਬਿਲਕੁਲ ਏ ਕਲਾਸ ਕੰਡੀਸ਼ਨ ਹੈ। ਏਰੀਆ ਵੀਰੇ ਸ਼੍ਰੀ ਅੰਮ੍ਰਿਤਸਰ ਸਾਹਿਬ ਏਰੀਆ ਵੀਰਾਂ ਦਾ, ਉੱਥੇ ਵੀਰਾਂ ਕੋਲ ਗੱਡੀ ਹੈ, ਗੱਡੀ ਦੀ ਕੀਮਤ ਰੱਖੀ ਗਈ 80,000 ਰੁਪਇਆ, ਬਾਕੀ ਮੌਕੇ 'ਤੇ ਹਲਕਾ ਫੁਲਕਾ ਡਿਸਕਾਊਂਟ ਹੋਜੂਗਾ। ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ 'ਤੇ ਸ਼ੋ ਹੋ ਰਿਹਾ, ਇਸ ਨੰਬਰ 'ਤੇ ਕਾਲ ਕਰਕੇ ਗੱਡੀ ਤੁਸੀਂ ਖਰੀਦ ਸਕਦੇ ਹੋ। ਸੋ ਨਾਲ ਹੀ ਵੀਰੇ ਗੱਡੀ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰ ਲਓ, ਤਾਂ ਜੋ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ। ਥੈਂਕ ਯੂ ਵੀਰੇ। ਹਾਂਜੀ ਵੀਰੇ, ਆਪਾਂ ਤੁਹਾਨੂੰ ਸਟੈਂਡਰਡ ਬੁਲਟ ਮੋਟਰਸਾਈਕਲ ਦਿਖਾ ਰਹੇ ਹਾਂ। ਸਟੈਂਡਰਡ ਬੁਲਟ ਮੋਟਰਸਾਈਕਲ ਵੀਰੇ 2006 ਮਾਡਲ ਹੈ, ਪੁੱਠੇ ਗੇਅਰਾਂ ਦੇ ਵਿੱਚ, ਬਿਲਕੁਲ ਏ ਕਲਾਸ ਕੰਡੀਸ਼ਨ ਹੈ ਵੀਰੇ, ਵਧੀਆ ਸਾਫ਼ ਸੁਥਰਾ ਰੰਗ ਪੇਂਟ ਪਿਆ, ਕੋਈ ਡੈਮੇਜ ਨਹੀਂ, ਕੋਈ ਡੈਂਟ ਨਹੀਂ, ਕੋਈ ਐਕਸੀਡੈਂਟ ਨਹੀਂ, ਕੋਈ ਸਕਰੈਚ ਨਹੀਂ ਵੀਰੇ, ਵਧੀਆ ਸਾਫ਼ ਸੁਥਰੀ ਕੰਡੀਸ਼ਨ ਹੈ। ਮੋਟਰਸਾਈਕਲ ਦੇ ਜਿਹੜੇ ਟਾਇਰ ਨੇ 80-85 ਪੈਸੇ ਟਾਇਰ ਨੇ, ਬੇਦਾਗ ਸਾਫ਼ ਸੁਥਰੇ ਵਧੀਆ ਓਰਿਜਿਨਲ ਟਾਇਰ ਨੇ, ਅਲੋਏ ਵੀ ਲੱਗੇ ਹੋਏ ਨੇ, 3S ਵਾਲੇ ਟੌਪ ਕਲਾਸ ਦੇ ਅਲੋਏ ਲੱਗੇ ਨੇ, ਬਾਕੀ ਸਾਰੇ ਓਰਿਜਿਨਲ ਜੈਨੂਅਨ ਪਾਰਟਸ ਨੇ ਵੀਰੇ, ਇੰਡੀਕੇਟਰ ਵਗੈਰਾ ਕੋਈ ਕਮੀ ਪੇਸ਼ੀ ਨਹੀਂ, ਚੈਨ ਸੈੱਟ ਵਗੈਰਾ ਬਿਲਕੁਲ ਓਕੇ ਹੈ, ਬੈਟਰੀ ਬਿਲਕੁਲ ਓਕੇ ਹੈ, ਚਲਾ ਕੇ ਟੈਸਟ ਡਰਾਈਵ ਕਰਕੇ ਚੈੱਕ ਕਰਕੇ ਮੋਟਰਸਾਈਕਲ ਤੁਸੀਂ ਖਰੀਦ ਸਕਦੇ ਹੋ, ਕੋਈ ਕਮੀ ਪੇਸ਼ੀ ਨਹੀਂ ਵੀਰੇ, ਸਰਵਿਸ ਵਗੈਰਾ ਹੋਈ ਵੀ ਹੈ, ਬਿਲਕੁਲ ਵਧੀਆ ਟੌਪ ਕਲਾਸ ਦੀ ਕੰਡੀਸ਼ਨ ਹੈ, ਟੌਪ ਕਲਾਸ ਦੀ ਬੋਇਸ ਹੈ ਵੀਰੇ, ਵਧੀਆ ਟੌਪ ਕਲਾਸ ਕੰਡੀਸ਼ਨ ਦੇ ਵਿੱਚ ਚੱਲਦਾ ਹੈ। ਹਰਿਆਣਾ ਨੰਬਰ ਹੈ, ਬਾਕੀ ਪੇਪਰ ਵਗੈਰਾ ਸਾਰੇ ਕੰਪਲੀਟ ਨੇ, ਕੋਈ ਕਮੀ ਪੇਸ਼ੀ ਨਹੀਂ ਮੋਟਰਸਾਈਕਲ ਦੇ ਵਿੱਚ। ਏਰੀਆ ਵੀਰੇ ਸਰਸਾ ਹਰਿਆਣਾ ਏਰੀਆ ਵੀਰਾਂ ਦਾ, ਉੱਥੇ ਵੀਰਾਂ ਕੋਲ ਮੋਟਰਸਾਈਕਲ ਹੈ, ਮੋਟਰਸਾਈਕਲ ਦੀ ਜਿਹੜੀ ਕੀਮਤ ਰੱਖੀ ਗਈ ਹੈ 95,000 ਰੁਪਇਆ ਕੀਮਤ ਰੱਖੀ ਗਈ ਹੈ ਵੀਰੇ, ਬਾਕੀ ਮੌਕੇ 'ਤੇ ਡਿਸਕਾਊਂਟ ਹੋਜੂਗਾ। ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ 'ਤੇ ਸ਼ੋ ਹੋ ਰਿਹਾ, ਇਸ ਨੰਬਰ 'ਤੇ ਕਾਲ ਕਰਕੇ ਮੋਟਰਸਾਈਕਲ ਤੁਸੀਂ ਖਰੀਦ ਸਕਦੇ ਹੋ। ਸੋ ਨਾਲ ਹੀ ਵੀਰੇ ਮੋਟਰਸਾਈਕਲ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰ ਲਓ, ਤਾਂ ਜੋ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ। ਥੈਂਕ ਯੂ ਵੀਰੇ। ਸੋ ਥੈਂਕ ਯੂ ਵੀਰੇ, ਜਿਹੜੇ ਵੀਰ ਆਪਣੇ ਚੈਨਲ ਜੱਟਾਂ ਦੇ ਜਹਾਜ਼ ਨਾਲ ਜੁੜੇ ਹੋਏ ਨੇ, ਸਾਰੇ ਵੀਰਾਂ ਦਾ ਦਿਲੋਂ ਧੰਨਵਾਦ ਹੈ, ਅਤੇ ਜਿਹੜੇ ਵੀਰਾਂ ਨੇ ਹਾਲੇ ਤਾਈਂ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਉਹ ਵੀਰਾਂ ਨੂੰ ਰਿਕੁਐਸਟ ਆ ਵੀ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ, ਨਾਲ ਹੀ ਘੰਟੀ ਦੇ ਬਟਨ 'ਤੇ ਕਲਿੱਕ ਜ਼ਰੂਰ ਕਰਨਾ ਵੀਰੇ, ਤਾਂ ਜੋ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ। ਸੋ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਪਸੰਦ ਆਈ ਹੋਏਗੀ, ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ, ਨਾਲ ਹੀ ਕਮੈਂਟ ਬਾਕਸ ਦੇ ਵਿੱਚ ਆਪੋ ਆਪਦੇ ਕੀਮਤੀ ਸੁਝਾਅ ਸਾਨੂੰ ਜ਼ਰੂਰ ਦਿਓ, ਜੇ ਕੋਈ ਸਾਡੇ ਵੱਲੋਂ ਕਮੀ ਪੇਸ਼ੀ ਰਹਿੰਦੀ ਹੈ
ਤਾਂ ਸਾਨੂੰ ਜ਼ਰੂਰ ਦੱਸੋ ਤਾਂ ਜੋ ਸਾਨੂੰ ਪਤਾ ਚੱਲ ਸਕੇ ਵੀਰੇ, ਅਸੀਂ ਆਉਣ ਵਾਲੀ ਵੀਡੀਓ ਦੇ ਵਿੱਚ ਸੁਧਾਰ ਕਰਕੇ ਤੁਹਾਡੇ ਲਈ ਚੰਗੀ ਤੋਂ ਚੰਗੀ ਅਗਲੀ ਵੀਡੀਓ ਬਣਾ ਕੇ ਲੈ ਕੇ ਆ ਸਕੀਏ। ਸੋ ਇੱਕ ਰਿਕੁਐਸਟ ਆਪਣੀ ਉਹ ਵੀਰੇ ਨੂੰ ਹੈ ਜੋ ਆਪਾਂ ਨੂੰ ਐਡ ਕਰਵਾਉਣ ਲਈ ਮਸ਼ੀਨਰੀ ਸੈਂਡ ਕਰਦੇ ਨੇ, ਸੋ ਪਲੀਜ਼ ਵੀਰੇ ਰਿਕੁਐਸਟ ਹੈ ਵੀ ਜੋ ਕਿ ਮੇਰਾ ਵੀਰ ਐਡ ਕਰਵਾਉਣ ਲਈ ਮਸ਼ੀਨਰੀ ਸੈਂਡ ਕਰਦਾ ਤਾਂ ਆਪਣੀ ਚੀਜ਼ ਦਾ ਜਿਹੜਾ ਰੇਟ ਹੈ ਪ੍ਰਾਈਜ਼ ਉਹ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਰੱਖਿਆ ਕਰੋ। ਨੰਬਰ ਤੋਂ ਵੀਰੇ ਸਹੀ ਜਾਣਕਾਰੀ ਦਿਆ ਕਰੋ ਕਿਉਂਕਿ ਸਾਰੇ ਵੀਰਾਂ ਨੂੰ ਇਸ ਚੀਜ਼ ਦਾ ਪਤਾ ਵੀਰੇ ਵੀ ਆਪਾਂ ਤੁਹਾਡੇ ਵੱਲੋਂ ਦਿੱਤੇ ਹੋਏ ਰੇਟ ਦੇ ਅਨੁਸਾਰ ਐਡ ਕਰਨੀ ਹੁੰਦੀ ਹੈ, ਆਪਾਂ ਖੁਦ ਵੱਲੋਂ ਕੋਈ ਰੇਟ ਨਹੀਂ ਐਡ ਕਰਦੇ, ਕੋਈ ਕਮਿਸ਼ਨ ਨਹੀਂ ਐਡ ਕਰਦੇ। ਸੋ ਵੀਰੇ ਸਹੀ ਉਹੀ ਰੇਟ ਰੱਖਿਆ ਕਰੋ ਜਿਹੜਾ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਤੁਹਾਡੀ ਚੀਜ਼ ਦਾ ਬਣਦਾ ਹੈ। ਇੱਕ ਵੀਰੇ ਫੇਕ ਜਾਣਕਾਰੀ ਦੇਣ ਤੋਂ ਬਚੋ ਕਿਉਂਕਿ ਬਹੁਤ ਵੀਰ ਗਲਤ ਜਾਣਕਾਰੀ ਦੇ ਕੇ ਐਡ ਕਰਵਾ ਲੈਂਦੇ ਨੇ ਵੀਰੇ। ਜਦੋਂ ਕੋਈ ਵੀਰ ਖਰੀਦਣ ਲਈ ਕਾਲ ਕਰਦਾ ਉਦੋਂ ਬਹੁਤ ਜ਼ਿਆਦਾ ਰੇਟ ਮੰਗ ਲਿਆ ਜਾਂਦਾ, ਐਡ ਦੇ ਵਿੱਚ ਬਹੁਤ ਘੱਟ ਰੇਟ ਦੱਸਦੇ ਨੇ। ਇੱਕ ਵੀਰੇ ਜਾਲੀ ਨੰਬਰ ਵਗੈਰਾ ਲਾ ਕੇ ਜਾਂ ਕੋਈ ਕਿੱਦਾਂ ਹੋਰ ਫੇਕ ਜਾਣਕਾਰੀ ਦੇਣ ਤੋਂ ਬਚੋ, ਸਹੀ ਜਿਹੜੀ ਰੀਅਲ ਜਾਣਕਾਰੀ ਤੁਹਾਡੀ ਚੀਜ਼ ਦੀ ਉਹੀ ਦੱਸੋ ਅਤੇ ਉਹੀ ਰੇਟ ਰੱਖੋ ਵੀਰੇ ਜਿਹੜਾ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਤੁਹਾਡੀ ਚੀਜ਼ ਦਾ ਬਣਦਾ ਹੈ। ਸੋ ਉਮੀਦ ਕਰਦੇ ਹਾਂ ਇਸ ਚੀਜ਼ ਦੇ ਉੱਤੇ ਜ਼ਰੂਰ ਗੌਰ ਕਰੋਗੇ, ਸਾਥ ਦਿਓਗੇ, ਸਪੋਰਟ ਕਰੋਗੇ ਤਾਂ ਜੋ ਤੁਹਾਡੀਆਂ ਚੀਜ਼ਾਂ ਹੱਥੋਂ ਹੱਥੀ ਬਿਨਾਂ ਕਿਸੇ ਕਮਿਸ਼ਨ ਤੋਂ ਘਰੋਂ ਸੇਲ ਹੋਣਗੀਆਂ ਵੀਰੇ ਅਤੇ ਨਾਲ ਹੀ ਆਪਣੇ ਚੈਨਲ 'ਤੇ ਉਸ ਚੀਜ਼ ਦਾ ਚੰਗਾ ਪ੍ਰਭਾਵ ਪਵੇਗਾ। ਸੋ ਥੈਂਕ ਯੂ ਵੀਰੇ, ਜੁੜੇ ਰਹੋ ਇਸੇ ਤਰ੍ਹਾਂ ਆਪਣੇ ਚੈਨਲ ਜੱਟਾਂ ਦੇ ਜਹਾਜ਼ ਦੇ ਨਾਲ। ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ। ਥੈਂਕ ਯੂ ਵੈਰੀ ਮੱਚ।